ਇਹਨੂੰ ਨਾ ਮਰੋੜ ਕੇ ਪੱਤੀ ਬਣਾ ਕੇ ਲੈ ਲੈ, ਇਹਨੂੰ ਨਾ ਮਰੋੜ ਕੇ ਪੱਤੀ ਬਣਾ ਕੇ ਲੈ ਲੈ। ਜਿਹਨੂੰ ਆਪਣੀ ਮਾਂ ਬੋਲੀ ਭੁੱਲ ਗਈ ਮੇਰਾ ਪੱਤੀ ਹੈ ਨਹੀਂ। ਬੋਲੋ ਪਰ ਮਾਂ ਬੋਲੀ ਨਾ ਭੁੱਲੋ। ਅੱਜ ਗੁਰਦਾਸ ਮਾਨ ਦੀ ਚਾਰੇ ਪਾਸੇ ਥੂ ਥੂ ਹੋ ਰਹੀ ਹੈ। ਉਸ ਦਾ ਕਾਰਨ ਇਹ ਹੈ ਕਿ ਜਿਸ ਜ਼ੁਬਾਨ ਨੇ ਜ਼ਿੰਦਗੀ ਦਾ ਸਾਰਾ ਸੁੱਖ ਗੁਰਦਾਸ ਮਾਨ ਨੂੰ ਦਿੱਤਾ ਹੈ, ਉਸ ਭਾਸ਼ਾ ਦੇ ਵਿਰੋਧ ਦੇ ਵਿੱਚ ਹੀ ਕਿਤੇ ਨਾ ਕਿਤੇ ਉਹਨਾਂ ਨੂੰ ਬੋਲਣਾ ਮਹਿੰਗਾ ਪੈ ਗਿਆ। ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਔਰ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਗੁਰਦਾਸ ਮਾਨ ਦਾ ਵਿਰੋਧ ਹੋ ਰਿਹਾ ਹੈ। ਔਰ ਦੂਜੇ ਪਾਸੇ ਜੇ ਬੱਬੂ ਮਾਨ ਦੀ ਗੱਲ ਕਰੀਏ ਤੇ ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਪੰਜਾਬੀ ਜ਼ੁਬਾਨ ਦੀਆਂ ਸਿਫਤਾਂ ਕਰਦਾ ਸਾਹ ਨਹੀਂ ਲੈ ਰਿਹਾ, ਕਿਉਂਕਿ ਪੰਜਾਬੀ ਜ਼ੁਬਾਨ ਇੰਨੀ ਮਿੱਠੀ, ਸੁਰੀਲੀ ਔਰ ਸਰਲ ਹੈ ਜਿਸ ਨੂੰ ਹਰ ਇੱਕ ਇਨਸਾਨ ਸੁਣਨਾ ਚਾਹੁੰਦਾ ਹੈ। ਆਓ ਸੁਣਦੇ ਹਾਂ ਬੱਬੂ ਮਾਨ ਦੀ ਜ਼ੁਬਾਨ ਦੇ ਵਿੱਚ ਪੰਜਾਬੀ ਭਾਸ਼ਾ ਦੀ ਖੂਬਸੂਰਤੀ ਦੀ ਗੱਲ। ਪੰਜਾਬੀ ਦੀ ਬਦਕਿਸਮਤੀ ਰਹੀ ਹੈ, ਸਭ ਤੋਂ ਉਮਦਾ ਜ਼ੁਬਾਨ ਹੈ। ਮੈਂ ਕਈ ਸਾਲ ਉਰਦੂ ਵੀ ਪੜ੍ਹੀ, ਕਈ ਬੰਦੇ ਕਹਿਣਗੇ ਤੁਹਾਨੂੰ ਉਰਦੂ ਆਉਂਦੀ ਹੈ, ਮੈਂ ਕਿਹਾ ਹਾਂ ਮੈਂ ਪੜ੍ਹੀ ਇਸ ਕਰਕੇ ਨਹੀਂ ਕਿ ਮੈਂ ਉਰਦੂ ਸਿੱਖਾਂ, ਮੈਂ ਇਸ ਕਰਕੇ ਪੜ੍ਹੀ ਸੀ ਕਿ ਦੇਖਾਂ ਇਹਦੇ 'ਚ ਕੀ ਖਾਸ ਹੈ। ਖਾਸ ਕੁਛ ਵੀ ਨਹੀਂ, ਰਾਜਿਆਂ ਦੀ ਭਾਸ਼ਾ ਸੀ, ਗੁਲਾਮ ਬੋਲਦੇ ਸੀ ਵਿਚਾਰੇ, ਨਿਭ ਕੇ ਬੋਲਦੇ ਸੀ। ਪੰਜਾਬੀ ਅੱਖੜ ਹੈ, ਕਿਸੇ ਨੂੰ ਪੁੱਛੋਗੇ ਕੀ ਹਾਲ ਹੈ, ਮੈਨੂੰ ਕੀ ਹੋਇਆ। ਹੋਰ ਨਵੀਂ ਤਾਜ਼ੀ ਟਾਈਮ ਨਹੀਂ ਹੈਗਾ ਜਾਣਾ, ਇਹ ਤੋਂ ਵੱਡੀ ਭਾਸ਼ਾ ਦੱਸੋ ਹੈ ਦੁਨੀਆਂ 'ਚ ਕਿੱਥੇ। ਲੰਗਰ ਮੁੜਿਆ ਦਾ ਮੱਝ ਆ ਜਾਂਦੀ ਹੈ, ਅੰਗਰੇਜ਼ੀ 'ਚ ਮੋੜ ਕੇ ਦਿਖਾਓ ਮੱਝ ਨੂੰ, ਮੁੜਦੀ ਹੈ। ਬਦਕਿਸਮਤੀ ਕੀ ਹੈ ਕਿ ਅਸੀਂ ਆਪ ਹੀ ਪੈਰ ਛੱਡ ਜਾਂਦੇ ਹਾਂ। ਮੈਨੂੰ ਕਈ ਬੱਚੇ ਫੋਟੋ ਖਿਚਾਉਣ ਆਉਂਦੇ ਆ, ਕਿਤਾ ਪਾ ਜੀ ਫੋਟੋ ਖਿਚਾਉਣੀ ਹੈ, ਮੈਂ ਕਿਹਾ ਜਾਂ ਤਾਂ ਪੂਰੀ ਅੰਗਰੇਜ਼ੀ ਬੋਲ ਜਾਂ ਪੂਰੀ ਪੰਜਾਬੀ ਬੋਲ, ਵਿਚਾਲੇ ਜੇ ਲਵੇੜ ਨਾ ਰੱਖ ਇੱਕ ਪਾਸੇ ਹੋ ਜਾਓ। ਸੋ ਆਪਣੀ ਭਾਸ਼ਾ ਨੂੰ ਭੁੱਲਣਾ ਕੋਈ ਅਕਲ ਦੀ ਗੱਲ ਨਹੀਂ। ਬਹੁਤ ਸੋਹਣੀ ਗੱਲ ਸੁਣਾਉਣਾ, ਰਸੂਲ ਹਮਜ਼ਾ ਤੋਂ ਇੱਕ ਬਹੁਤ ਵੱਡੇ ਮੇਰਾ ਦਾਗਿਸਤਾਨ ਕਿਤਾਬ ਲਿਖੀ ਹੈ, ਰਸ਼ੀਆ ਦੇ ਰਾਈਟਰ ਹੈ, ਪੂਰੀ ਦੁਨੀਆਂ ਦੀਆਂ ਬਿਹਤਰੀਨ ਕਿਤਾਬਾਂ 'ਚ ਕਿਤਾਬ ਆਉਂਦੀ ਹੈ ਮੇਰਾ ਦਾਗਿਸਤਾਨ, ਉਹਦੇ 'ਚ ਇੱਕ ਜ਼ਿਕਰ ਕਰਿਆ ਉਹਨਾਂ ਨੇ, ਉਹਦਾ ਬੇਟਾ ਬਜ਼ੁਰਗ ਮਾਂ ਦਾ ਵਿਦੇਸ਼ ਚਲਾ ਗਿਆ, ਅੰਗਰੇਜ਼ਾਂ ਦੀ ਧਰਤੀ 'ਤੇ ਆ ਗਿਆ। 20 ਸਾਲ ਬਾਅਦ ਇੱਕ ਬੰਦਾ ਆਇਆ, ਮਾਂ ਨੂੰ ਕੱਪੜੇ ਦਿੱਤੇ, ਕਹਿੰਦੀ ਪੁੱਤ ਕੋਲੋਂ ਆਇਆ, ਕਹਿੰਦਾ ਹਾਂ। ਉੱਥੋਂ ਆਇਆ ਜੀ, ਕਿੱਦਾਂ ਦਾ ਮੇਰਾ ਪੁੱਤ, ਕਹਿੰਦੇ ਅੰਗਰੇਜ਼ ਲੱਗਦਾ ਹੁਣ ਤਾਂ। ਅੱਛਾ, ਬੋਲਦਾ ਕਿੱਦਾਂ, ਕਹਿੰਦਾ ਹੁਣ ਤਾਂ ਅੰਗਰੇਜ਼ੀ ਬੋਲਦਾ। ਕਹਿੰਦੀ ਉਹ ਫੋਟੋ 'ਤੇ ਕੱਪੜੇ ਪਾ ਜਾ ਅਤੇ ਇੱਕ ਹਾਰ ਪਾ ਜਾ, ਮਰ ਗਿਆ, ਜਿਹਨੂੰ ਆਪਣੀ ਮਾਂ ਬੋਲੀ ਭੁੱਲ ਗਈ ਉਹ ਮੇਰਾ ਪੋਤੀ ਹੈ ਨਹੀਂ। ਸੋ ਆਪਣੀ ਮਾਂ ਬੋਲੀ ਨੂੰ ਨਾ ਭੁੱਲੀ, ਅੰਗਰੇਜ਼ੀ ਬੋਲੋ ਜਿੱਥੇ ਲੋੜ ਹੈ। ਅਸੀਂ ਸਟੋਰ 'ਤੇ ਜਾਂਦੇ ਹਾਂ, ਕੁਛ ਗਮ ਗੁੰਮ ਜਾਂ ਕੁਛ ਮੰਗ ਲੈਣਾ ਤੋਂ ਅੰਗਰੇਜ਼ੀ ਕਹਿੰਦਾ ਉਹ ਮੈਨੂੰ ਲੱਗਦਾ ਹੁੰਦਾ ਵੀ ਯਾਰ ਸਾਡੇ ਨਾਲ ਤਾਂ ਪੰਜਾਬੀ ਬੋਲੋ, ਇੱਥੇ ਬਿੱਲਾ ਲੱਗਿਆ ਹੋਇਆ, ਹਰਵਿੰਦਰ ਸਿੰਘ ਦਾ ਲੱਗਿਆ ਹੁੰਦਾ, ਬੋਲੀ ਜਾਂਦਾ ਅੰਗਰੇਜ਼ੀ, ਬੋਲੋ ਅੰਗਰੇਜ਼ੀ, ਪਸ਼ਤੋ ਵੀ ਬੋਲੋ, ਜਨਾਨੀ ਵੀ ਬੋਲੋ, ਜਿਹੜੀ ਬੋਲਣੀ ਹੈ ਬੋਲੋ, ਪਰ ਮਾਂ ਬੋਲੀ ਨਾ ਭੁੱਲੋ।